ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਅਮਿਤ ਸ਼ਾਹ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਚਮਚਾਈ ਤਰਥੱਲੀ ਸੁਖਬੀਰ ਬਾਦਲ ਦੀ ਸਥਿਤੀ ਕਸੂਤੀ ਹਾਂ ਅਤੇ ਨਾ ਦੋਵੇਂ ਹੋ ਸਕਦੀਆਂ ਨੇ ਖਤਰਨਾਕ ਕੀ ਪੰਜਾਬ ਵਿੱਚ ਬਦਲੇਗੀ ਚੋਣਾਂ ਦੀ ਤਾਰੀਖ ਬਾਜਵਾ ਵੱਲੋਂ ਮੰਗ ਆਪ ਵਿਧਾਇਕ ਗੱਜਣ ਮਾਜਰਾ ਖਿਲਾਫ ਈਡੀ ਨੇ ਦਾਖਲ ਕੀਤੀ ਚਾਰਾ ਸ਼ੀਟ ਸਿੱਧੂ ਮੂਸੇਵਾਲੇ ਦੀ ਮਾਂ ਵੱਲੋਂ ਬੱਚੇ ਨੂੰ ਜਨਮ ਦੇਣ ਤੇ ਕੇਂਦਰ ਵੱਲੋਂ ਚੁੱਕੇ ਸਵਾਲ ਸਵਾਲਾਂ ਦੀ ਅਸਲੀਅਤ ਅਤੇ ਕਾਨੂੰਨੀ رائے ਖੋਲੇ ਮੁਹੱਲੇ ਤੇ ਜਾ ਰਹੇ ਨੌਜਵਾਨਾਂ ਦਾ ਟਰੈਕਟਰ ਪਲਟਿਆ ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੀ ਇਸ ਵਕਤ ਲੋਕ ਸਭਾ ਚੋਣਾਂ ਦਾ ਮੈਦਾਨ ਦਿਨ ਪ੍ਰਤੀ ਦਿਨ ਭਖ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਵੀ ਜੋੜ ਤੋੜ ਦੀ ਰਾਜਨੀਤੀ ਲਗਾਤਾਰ ਚੱਲ ਰਹੀ ਹੈ ਖਬਰ ਮਿਲ ਰਹੀ ਹੈ ਕਿ ਗੱਠ ਜੋੜ ਦੀਆਂ ਤਿਆਰੀਆਂ ਨੇ ਅਕਾਲੀ ਅਤੇ ਭਾਜਪਾ ਦੇ ਇਹ ਗੱਠ ਜੋੜ ਕਦੋਂ ਹੋਏਗਾ ਗੱਠ ਜੋੜ ਹੋਇਆ ਹੋਇਆ ਤਰ੍ਹਾਂ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਆ ਇਹ ਕਿਆਸਰਾਈਆਂ ਵੈਸੇ ਲੰਬੇ ਸਮੇਂ ਤੋਂ ਲੱਗ ਰਹੀਆਂ ਨੇ ਕਈ ਕਹਿੰਦੇ ਆ ਕਿ ਅਸਲ ਦੇ ਵਿੱਚ ਗੱਠਜੋੜ ਟੁੱਟਿਆ ਹੀ ਨਹੀਂ ਸੀ ਜਿੰਨੇ ਮੂੰਹ ਤੇ ਓਨੀਆਂ ਗੱਲਾਂ ਨੇ ਪਰ ਹੁਣ ਇਸ ਗੱਠਜੋੜ ਸਬੰਧੀ ਸਥਿਤੀ ਉਮੀਦ ਹੈ ਕਿ ਇਸੇ ਹਫ਼ਤੇ ਸਾਫ਼ ਹੋ ਸਕਦੀ ਹੈ ਇਹ ਸੰਕੇਤ ਦਿੱਤੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਵਿੱਚ ਇੱਕ ਟੀਵੀ ਚੈਨਲ ਦੇ ਨਾਲ ਉਹ ਮੁਲਾਕਾਤ ਕਰ ਰਹੇ ਸੀ ਤੇ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਇਸ ਵਕਤ ਤੱਕ ਗੱਲਬਾਤ ਕਰ ਰਹੀਆਂ ਨੇ ਗੱਲਬਾਤ ਚੱਲ ਰਹੀ ਹੈ ਸਾਰੇ ਪਹਿਲੂ ਵੇਖੇ ਅਤੇ ਵਿਚਾਰੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਭਾਜਪਾ ਮਜ਼ਬੂਤ ਹੋਏਗੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਐਨਡੀਏ ਨਾਲ ਸੰਬੰਧਿਤ ਆਗੂ ਅਤੇ ਪਾਰਟੀਆਂ ਮੁੜ ਇਕੱਠੀਆਂ ਹੋਣ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਕਦੇ ਹਾਂ ਤੇ ਕਦੇ ਨਾ ਵਾਲੀ ਗੱਲਬਾਤ ਨਹੀਂ ਉਹਨਾਂ ਨੇ ਕਿਹਾ ਕਿ ਇੱਕ ਪਾਰਟੀ ਆਫਰ ਦਿੰਦੀ ਹੈ ਤੇ ਦੂਸਰੀ ਪਾਰਟੀ ਕਾਊਂਟਰ ਆਫਰ ਵਜੋਂ ਪੇਸ਼ ਕਰ ਦਿੰਦੀ ਹੈ। ਪਾਬ ਗੱਲਬਾਤ ਲਗਾਤਾਰ ਚੱਲ ਰਹੀ ਹੈ। 네ਗੋਸ਼ੀਏਸ਼ਨਜ਼ ਚੱਲ ਰਹੀਆਂ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਇਨਕਾਰ ਇਸ ਗੱਠਜੋੜ ਤੋਂ ਨਹੀਂ ਕੀਤਾ। ਤੇ ਨਾਲ ਉਹ ਕਹਿੰਦੇ ਇਹ ਜਿਹੜਾ ਗੱਠਜੋੜ ਇਸ ਵਾਰ ਕੀਤਾ ਜਾਊ ਅਕਾਲੀ ਦਲ ਦੇ ਨਾਲ ਇਹਦੇ ਵਿੱਚ ਭਾਜਪਾ ਦਾ ਉਚਿਤ ਹਿੱਸਾ ਰਹੇਗਾ। ਸਾਡੇ ਵਰਕਰਾਂ ਤੇ ਆਗੂਆਂ ਨੂੰ ਬਰਾਬਰ ਦਾ ਸਨਮਾਨ ਮਿਲੇਗਾ। ਇਹ ਸਾਰੀਆਂ ਗੱਲਾਂ ਵਿਚਾਰੀਆਂ ਜਾ ਰਹੀਆਂ ਨੇ। ਮਿਲੀ ਜਾਣਕਾਰੀ ਦੇ ਅਨੁਸਾਰ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਆਪਣੀ ਇਹਨ ਆਖਰੀ ਗੱਲਬਾਤ ਦੇ ਦੌਰ ਚ ਹੈ। ਦੋਵੇਂ ਪਾਰਟੀਆਂ ਦੇ ਵਿਚਕਾਰ 5 ਅਤੇ 8 ਸੀਟਾਂ ਦੇ ਉੱਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਇਹਦੇ ਤੋਂ ਇਲਾਵਾ ਕਿਸਾਨ ਅੰਦੋਲਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਇਹ ਦੋਵਾਂ ਦੇ ਇਸ ਵਕਤ ਸਾਹਮਣੇ ਖੜਾ ਹੈ ਤੇ ਸੋਚ ਸਮਝ ਕੇ ਸ਼ਾਇਦ ਕੋਈ ਅੱਗੇ ਕਦਮ ਵਧਿਆ ਜਾਏਗਾ, ਵਧਾਇਆ ਜਾਏਗਾ। ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਸਾਲ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਦੋਵਾਂ ਪਾਰਟੀਆਂ ਨੇ ਇਕੱਠਿਆਂ ਲੜੀ ਸੀ 2019 ਦੀਆਂ ਚੋਣਾਂ ਵਿੱਚ ਅਕਾਲੀ ਦਲ ਤੇ ਭਾਜਪਾ ਨੇ 13 ਚੋਂ 4 ਸੀਟਾਂ ਜਿੱਤੀਆਂ ਸੀ ਜਦਕਿ ਕਾਂਗਰਸ ਨੇ 8 ਅਤੇ ਆਮ ਆਦਮੀ ਪਾਰਟੀ ਦੇ ਖਾਤੇ 'ਚ ਸਿਰਫ ਇੱਕ ਸੀਟ ਆਈ ਸੀ ਖੇਤੀ ਕਾਨੂੰਨਾਂ ਦੇ ਕਾਰਨ ਦੋਵੇਂ ਪਾਰਟੀਆਂ ਵੱਖਰੀਆਂ ਹੋਈਆਂ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਇਹਨਾਂ ਨੇ ਵੱਖਰਿਆਂ ਵੱਖਰਿਆਂ ਲੜੀਆਂ ਸੀ ਇੱਥੇ ਇਹ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਲਗਭਗ 25 ਸਾਲ ਤੱਕ ਗੱਠ ਜੋੜ ਰਿਹਾ 13 ਜੂਨ 2021 ਨੂੰ ਅਕਾਲੀ ਦਲ ਅਤੇ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਗੱਠ ਜੋੜ ਦਾ ਐਲਾਨ ਕੀਤਾ ਸੀ 97 ਵਿਧਾਨ ਸਭਾ ਹਲਕਿਆਂ ਤੇ ਅਕਾਲੀ ਦਲ ਨੇ ਅਤੇ 20 ਤੇ ਬਹੁਜਨ ਸਮਾਜ ਪਾਰਟੀ ਨੇ ਚੋਣ ਲੜੀ ਸੀ ਦੂਸਰੇ ਪਾਸੇ 28 ਦਸੰਬਰ ਤੇ 2021 ਨੂੰ ਪੰਜਾਬ ਦੇ ਵਿੱਚ ਭਾਜਪਾ ਇਹਨਾਂ ਨੇ ਪੰਜਾਬ ਲੋਕ ਕਾਂਗਰਸ ਭਾਗ ਕ ਆਪਣਾ ਅਮਰਿੰਦਰ ਸਿੰਘ ਵਾਲੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਭਾਗ ਸੁਖਦੇਵ ਸਿੰਘ ਢੀਂਸਾ ਵਾਲੇ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀ ਪਰ ਅਕਾਲੀ ਦਲ ਅਤੇ ਭਾਜਪਾ ਦੋਵਾਂ ਪਾਰਟੀਆਂ ਦਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨੁਕਸਾਨ ਹੋਇਆ ਸੀ ਹਾਲਾਂਕਿ ਹੁਣ ਭਾਜਪਾ ਆਖ ਰਹੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਸੁਨੀਲ ਜਾਖੜ ਦੀ ਅਗਵਾਈ ਚ ਵੱਡੇ-ਵੱਡੇ ਆਗੂ ਪਾਰਟੀ ਨਾਲ ਜੁੜ ਰਹੇ ਨੇ ਤੇ ਉਹਨਾਂ ਵੱਲੋਂ ਜੋੜੇ ਜਾ ਰਹੇ ਨੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਪੰਜਾਬ ਦੇ ਵਿੱਚ ਇੱਕ ਟਿਕਟ ਮਿਲਣੀ ਯਕੀਨੀ ਹੈ ਕੈਪਟਨ ਅਮਰਿੰਦਰ ਸਿੰਘ ਸਿੱਧੂ ਚੰਨੀ ਤੇ ਕਈ ਹੋਰ ਨਾਵਾਂਗ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਨੇ ਪਰ ਉਹਨਾਂ ਦੀ ਘਰ ਵਾਲੀ ਪ੍ਰਨੀਤ ਕੌਰ ਬੀਤੇ ਦਿਨੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਅਤੇ ਪਟਿਆਲਾ ਤੋਂ ਉਹ ਭਾਜਪਾ ਦੇ ਉਮੀਦਵਾਰ ਹੋ ਸਕਦੇ ਐ ਉੱਥੇ ਹੀ ਬੀਤੇ ਦਿਨੀ ਸਾਬਕਾ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ ਹੈ ਅਤੇ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਨੂੰ ਗੁਰਪਤਵੰਤ ਪੰਨੂ ਵੱਲੋਂ ਧਮਕੀ ਵੀ ਆ ਗਈ ਹੈ ਅਤੇ ਲੱਗਦਾ ਹੈ ਕਿ ਉਹ ਅਮਰੇਸਰ ਤੋਂ ਉਮੀਦਵਾਰ ਭਾਜਪਾ ਦੇ ਹੋ ਸਕਦੇ ਐ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਮੀਟਿੰਗ ਦੇ ਵਿੱਚ ਭਾਜਪਾ ਦੇ ਨਾਲ ਗੱਠ ਜੋੜ ਦੇ ਮੁੱਦੇ ਤੇ ਅਤੇ ਪੰਜਾਬ ਦੇ ਜਿਹੜੇ ਮੌਜੂਦਾ ਸਿਆਸੀ ਸਮੀਕਰਨ ਨੇ ਉਨ੍ਹਾਂ ਤੇ ਚਰਚਾ ਤੋਂ ਬਾਅਦ ਉਮੀਦ ਹੈ ਕਿ ਅਕਾਲੀ ਭਾਜਪਾ ਗੱਠ ਜੋੜ ਦੀ ਟੁੱਟੀ ਤੰਦ ਫਿਰ ਤੋਂ ਜੁੜ ਸਕਦੀ ਹੈ ਹੁਣ ਗੇਂਦ ਆ ਜਿਹੜੀ ਉਹ ਸੁਖਵੀਰ ਬਾਦਲ ਦੇ ਪਾਲੇ ਚ ਹੈ ਕਿ ਉਹ ਗੱਠ ਜੋੜ ਅਤੇ ਸੀਟਾਂ ਜੋ ਭਾਜਪਾ ਮੰਗਦੀ ਆ ਉਹਨਾਂ ਉਤੇ ਸਹਿਮਤੀ ਪ੍ਰਗਟਾਉਂਦੇ ਆ ਜਾਂ ਨਹੀਂ ਕਿਉਂਕਿ ਨਾ ਜਾਂ ਹਾਂ ਸੁਖਵੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਵਾਸਤੇ ਦੋਵੇਂ ਖਤਰਨਾਕ ਸਾਬਤ ਹੋ ਸਕਦੀਆਂ ਨੇ ਜੇਕਰ ਕਿਸਾਨੀ ਮੁੱਦਾ ਇਸ ਵਕਤ ਤੁਹਾਨੂੰ ਵੀ ਪਤਾ ਚੱਲ ਰਿਹਾ ਹਾਂ ਕਰਦੇ ਆ ਤਾਂ ਉਹਨਾਂ ਦੀ ਜੜਾਂ ਚ ਬੈਠ ਸਕਦਾ ਹੈ ਦੋਵੇਂ ਹਾਂ ਜਾਂ ਨਾ ਉਹਨਾਂ ਵਾਸਤੇ ਖਤਰਨਾਕ ਸਾਫਤ ਹੋ ਸਕਣੀਆਂ ਨੇ ਕਿਉਂ ਕਿਸਾਨੀ ਮੁੱਦਾ ਹਾਲੇ ਹਾਲ ਨਹੀਂ ਹੋਇਆ ਨਾ ਬੰਦੀ ਸਿੰਘਾਂ ਦੀ ਹਾਲੇ ਰਿਹਾਈ ਹੋਈ ਹੈ ਤੇ ਇਹ ਦੋਵੇਂ ਮੰਗਾਂ ਮੁੱਖ ਮੰਗਾਂ ਨੇ ਤੇ ਇਹ ਦੋਵੇਂ ਭਾਜਪਾ ਦੀ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਨੇ ਤੇ ਲੰਬੇ ਸਮੇਂ ਤੋਂ اٹਕੀਆਂ ਹੋਈਆਂ ਨੇ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਭਾਜਪਾ ਤੇ ਅਕਾਲੀ ਦਲ ਦਾ ਤਕਰੀਬਨ ਢਾਈ ਤਿੰਨ ਦਹਾਕੇ ਪੁਰਾਣਾ ਜਿਹੜਾ ਗੱਠ ਜੋੜ ਸੀ ਉਹ ਵੀ ਕਿਸਾਨੀ ਕਾਨੂੰਨਾਂ ਦੇ ਕਾਰਨ ਹੀ ਟੁੱਟਿਆ ਸੀ ਜੇਕਰ ਹੁਣ ਦੁਬਾਰਾ ਗੱਠਜੋੜ ਕਰਦੇ ਐ ਤਾਂ ਕਿਸਾਨ ਅਤੇ ਮਜ਼ਦੂਰ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਦਾ ਵੀ ਵਿਰੋਧ ਕਰ ਸਕਦੇ ਐ ਕਿਉਂਕਿ ਹਾਲੇ ਤੱਕ ਇਹ ਮੁੱਦੇ ਜਿਉਂ ਦੀ ਤਿਉਂ ਵਰਕਰਾਂ ਨੇ ਤੇ ਦੂਸਰੇ ਪਾਸੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ ਤੇ ਜੇਕਰ ਗੱਠਜੋੜ ਨਹੀਂ ਕਰਦੇ ਤਾਂ ਇਸ ਵਕਤ ਅਕਾਲੀ ਦਲ ਦੀ ਸਥਿਤੀ ਪੰਜਾਬ ਦੇ ਵਿੱਚ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਆ ਰਹੀ ਜਾਣਕਾਰਾਂ ਦੇ ਅਨੁਸਾਰ ਭਾਜਪਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ 6 ਤੇ ਦਾਵਾ ਠੋਕ ਰਹੀ ਹੈ ਤੇ ਸ਼ਰੋਮਣੀ ਅਕਾਲੀ ਦਲ ਉਹਨਾਂ ਨੂੰ ਚਾਰ ਦੇਣ ਵਾਸਤੇ ਰਾਜ਼ੀ ਹੈ ਜਦ ਕਿ ਅਕਾਲੀ ਦਲ ਪਹਿਲਾਂ ਭਾਜਪਾ ਨੂੰ ਲੋਕ ਸਭਾ ਦੀਆਂ ਤਿੰਨ ਸੀਟਾਂ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਦਾਰੇ ਹੈ ਹੁਣ ਸਿਆਸੀ ਸਮੀਕਰਨ ਬਦਲੇ ਹੋਏ ਨੇ ਤੇ ਦੂਸਰੇ ਪਾਸੇ ਸ਼ਾਹੀ ਪਰਿਵਾਰ ਭਾਵ ਕਪਨਾ ਅਮਰਿੰਦਰ ਸਿੰਘ ਦਾ ਪਰਿਵਾਰ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕਿਆ ਹੈ ਪਟਿਆਲਾ ਤੋਂ ਉਹ ਵੀ ਦਾਵਾ ਠੋਕ ਰਹੇ ਨੇ ਤੇ ਉਮੀਦ ਹੈ ਕਿ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਵੀ ਦਿੱਤਾ ਜਾਏਗਾ ਇਸ ਤਰ੍ਹਾਂ ਭਾਜਪਾ ਜਲੰਧਰ ਅਤੇ ਲੁਧਿਆਣਾ ਤੇ ਵੀ ਹੱਕ ਆਪਣਾ ਜਤਾ ਰਹੀ ਆ ਉੱਥੋਂ ਮੰਗ ਕਰ ਰਹੀ ਆ ਤੇ ਦੂਸਰੇ ਪਾਸੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਉਹ ਵੀ ਅਕਾਲੀ ਦਲ ਦੀ ਵਾਪਸੀ ਚ ਉਹਨਾਂ ਦੀ ਵੀ ਹੋਈ ਆ ਤੇ ਉਸ ਵਾਪਸੀ ਦੇ ਪਿੱਛੇ ਵੀ ਭਾਜਪਾ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ ਚਰਚਾ ਇਹ ਵੀ ਹੈ ਕਿ ਭਾਜਪਾ ਹਾਈ ਕਮਾਨੀ ਢੀਂਡਸਾ ਤੇ ਬਾਦਲ ਪਰਿਵਾਰ ਦੀਆਂ ਜੱਫੀਆਂ ਪੁਵਾਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਬੀਤੇ ਦਿਨੀ ਉਹਨਾਂ ਨੇ ਵੀ ਘਰ ਵਾਪਸੀ ਕਰ ਲਈ ਹੈ ਤੇ ਉਮੀਦ ਹੈ ਕਿ ਉਹਨਾਂ ਨੂੰ ਵੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਦੱਸਣਾ ਬਣਦਾ ਕਿ 2020 ਦੇ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਟੁੱਟੀ ਸੀ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ ਸਨ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਦਾ ਲਾਭ ਨਾ ਮਿਲ ਸਕਿਆ ਕਿਉਂਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਕਰਾਰੀ ਤੇ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਦੋਂ ਤੋਂ ਬਾਅਦ ਵੀ ਕਈ ਵਾਰ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜਦਿਆਂ ਖਬਰਾਂ ਆਉਂਦੀਆਂ ਰਹੀਆਂ ਹੁਣ ਬੀਤੇ ਦਿਨਾਂ ਤੋਂ ਜਦੋਂ ਤੋਂ ਇਹ ਖਬਰਾਂ ਚੱਲ ਰਹੀਆਂ ਨੇ ਉਹ ਤੋਂ ਦੂਸਰੇ ਪਾਸੇ ਨਵੇਂ ਸਿਰਤੋਂ ਇੱਕ ਵਾਰ ਫੇਰ ਕਿਸਾਨ ਅੰਦੋਲਨ ਦੀ ਆਹਟ ਤੇ ਸਮਝੌਤਾ ਫੇਰ ਠੰਡੇ ਬਸਤੇ ਵਿੱਚ ਪੈ ਗਿਆ ਸੀ ਪਰ ਸ਼ਾਹ ਜੀ ਦੇ ਇਸ ਬਿਆਨ ਨੇ ਜਿਹੜੇ ਸੰਕੇਤ ਦਿੱਤੇ ਨੇ ਉਹਦੇ ਤੋਂ ਲੱਗਦਾ ਕਿ ਸਥਿਤੀ ਤਕਰੀਬਨ ਸਾਫ਼ ਹੈ ਐਲਾਨ ਹੋਣਾ ਬਾਕੀ ਹੈ ਤੇ ਹੁਣ ਗੱਲ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਮੰਗ ਹੈ ਕਿ ਚੋਣਾਂ ਪੰਜਾਬ ਦੇ ਵਿੱਚ ਅੱਗੇ ਕੀਤੀਆਂ ਜਾਣ ਹੁੰਦੀਆਂ ਨੇ ਜਾਂ ਨਹੀਂ ਇਹ ਚੋਣ ਕਮਿਸ਼ਨ ਦਾ ਫੈਸਲਾ ਹੈ ਕਿਉਂਕਿ ਭਾਰਤੀ ਚੋਣ ਕਮਿਸ਼ਨ ਨੇ ਬੀਤੇ ਦਿਨੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ ਤੇ ਪੂਰੇ ਭਾਰਤ ਦੇ ਵਿੱਚ 7 ਗੇੜ ਦੇ ਵਿੱਚ ਇਹ ਵੋਟਾਂ ਹੋਣੀਆਂ ਨੇ ਪੰਜਾਬ ਦਾ ਆਖਰੀ ਗੇੜ ਹੋਏਗਾ 1 ਜੂਨ ਨੂੰ ਪੰਜਾਬ ਦੇ ਵਿੱਚ ਇਹ ਚੋਣਾਂ ਹੋਣਗੀਆਂ ਇਸੇ ਦਰਮਿਆਨ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਵਿੱਚ ਜੂਨ ਮਹੀਨੇ ਚੋਣਾਂ ਕਰਵਾਉਣ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ ਬਾਜਵਾ ਸਾਹਿਬ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿੱਚ ਕਿਸਾਨ ਝੋਨੇ ਦੀ ਲਵਾਈ ਚ ਰੁਚੀ ਹੋਣਗੇ ਇਹਦੇ ਕਾਰਨ ਕਿਸਾਨ ਵੋਟਾਂ ਪਾਉਣ ਵਾਸਤੇ ਨਹੀਂ ਪਹੁੰਚਣਗੇ ਉਹਨਾਂ ਨੇ ਕਿਹਾ ਕਿਸਾਨਾਂ ਦੀ ਵੋਟ ਘੱਟ ਪਵੇ ਅਸਲ ਦੇ ਵਿੱਚ ਇਹ ਸਾਜ਼ਿਸ਼ ਰਚੀ ਗਈ ਹੈ ਉਹਨਾਂ ਨੇ ਕਿਹਾ ਕਿ ਕਈ ਫੀਸ ਦੀ ਕਿਸਾਨ ਅਤੇ ਮਜ਼ਦੂਰ ਘੱਟ ਵੋਟਾਂ ਪਾਉਣ ਵਾਸਤੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣਗੇ ਕਿਉਂਕਿ ਉਹਨਾਂ ਦਾ ਧਿਆਨ ਖੇਤਾਂ ਵੱਲ ਤੇ ਝੋਨੇ 'ਚ ਹੋਏਗਾ ਕਸਾਨਾਂ ਦੇ ਵੋਟ ਘਟ ਪੈਣ ਨਾਲ ਇੱਕ ਖਾਸ ਸਿਆਸੀ ਪਾਰਟੀ ਨੂੰ ਫਾਇਦਾ ਪਹੁੰਚੇਗਾ ਜਿਹੜੀ ਇਸ ਵਕਤ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਇਸ ਕਰਕੇ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਾਰੀਖ ਬਦਲੀ ਜਾਵੇ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਜਿਹੜੀਆਂ ਉਹ ਪਹਿਲਾਂ ਕਰਵਾ ਲਈਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਨੇ ਇਲਜ਼ਾਮ ਲਾਉਂਦਿਆਂ ਇਹ ਵੀ ਕਿਹਾ ਕਿ ਭਾਜਪਾ ਸਾਰੀਆਂ ਥਾਮਾਂ ਤੋਂ ਫ੍ਰੀ ਹੋ ਕੇ ਅਖੀਰ ਚ ਭਾਜਪਾ ਪੰਜਾਬ ਚ ਆ ਕੇ ਆਪਣਾ ਤੰਤਰ ਵਰਤੇਗੀ ਪੰਜਾਬ ਦੇ ਵਿੱਚ ਫਿਰ ਚੋਣਾ ਨਿਰਪੱਖ ਨਹੀਂ ਹੋ ਸਕਣਗੀਆਂ ਇਸੇ ਦੌਰਾਨ ਪ੍ਰਤਾਪ ਬਾਜਵਾ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੇ ਵੀ ਨਿਸ਼ਾਨੇ ਵਿੰਨੇ ਉਹਨਾਂ ਕਿਹਾ ਕਿ ਜੇਕਰ ਸਾਡਾ ਆਮ ਆਦਮੀ ਪਾਰਟੀ ਨਾਲ ਪੰਜਾਬ ਚ ਗੱਠ ਹੋ ਜੋੜ ਹੋ ਜਾਂਦਾ ਤਾਂ ਉਹਨਾਂ ਦਾ ਕੁਝ ਨਹੀਂ ਸੀ ਰਹਿਣਾ ਇਹਦੇ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠ ਜੋੜ ਹੋ ਗਿਆ ਤਾਂ ਭਾਜਪਾ ਦਾ ਕੁਝ ਨਹੀਂ ਬਚਣਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਚ ਕਦੇ ਵੀ ਕੋਈ ਮੁੱਦਾ ਹੱਲ ਨਹੀਂ ਕਰਵਾਇਆ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਤੇ ਉਹਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਉਹਨਾਂ ਨਾਲ 40 ਕਰੋੜ ਤੇ 92 ਲੱਖ ਰੁਪਏ ਦੇ ਬੈਂਕ ਧੋਖਾ ਧੜੀ ਦੇ ਮਾਮਲੇ ਚ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਇਰ ਕਰ ਦਿੱਤੀ ਹੈ ਸ਼ਿਕਾਇਤ ਦੇ ਵਿੱਚ ਜਸਵੰਤ ਸਿੰਘ ਗੱਜਣਵਾਜਰਾ ਸਮੇਤ 9 ਲੋਕਾਂ ਦੇ ਨਾਮ ਸ਼ਾਮਲ ਨੇ ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 4 ਮਹੀਨੇ ਪਹਿਲਾਂ ਜਸਵੰਤ ਸਿੰਘ ਗੱਜਣਵਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈਡੀ ਦੀ ਇਹ ਵੱਡੀ ਕਾਰਵਾਈ ਹੈ ਜਲੰਧਰ ਜ਼ੋਨਲ ਦਫ਼ਤਰ ਨੇ ਵੀ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਫ ਕਾ ਡਾਇਰੈਕਟਰ ਜਸਵੰਤ ਸਿੰਘ ਅਤੇ ਤਿੰਨ ਕੰਪਨੀਆਂ ਸਮੇਤ 6 ਹੋਰ ਮੁਲਜ਼ਮਾਂ ਦੇ ਖਿਲਾਫ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰ ਦੇ ਖਿਲਾਫ 5 ਜਨਵਰੀ ਨੂੰ ਮਕੱਦਮਾ ਦਰਜ ਕਰ ਲਿਆ ਸੀ ਜਿਸ ਦੇ ਵਿੱਚ ਜਸਵੰਤ ਸਿੰਘ ਅਤੇ ਤਿੰਨ ਕੰਪਨੀਆਂ ਸਮੇਤ ਹੋਰ ਦੋਸ਼ੀ ਧਿਰਾਂ ਨੂੰ ਪੰਜਾਬ ਦੇ ਮੁਹਾਲੀ ਸਥਿਤ ਸਪੈਸ਼ਲ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਪਾਪੀ ਐਕਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 18 ਮਾਰਚ ਨੂੰ ਅਦਾਲਤ ਨੇ ਇਹ ਸ਼ਿਕਾਇਤ ਸਵੀਕਾਰ ਕਰ ਲਈ ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ ਕੇਂਦਰੀ ਜਾਂਚ ਬਿਊਰੋ ਭਾਵ ਸੀਬੀਆਈ ਨੇ ਵੀ ਗੱਜਣ ਬਾਜਰਾ ਦੇ ਖਿਲਾਫ ਐਫਆਈਆਰ ਈਡੀ ਨੂੰ ਜਾਂਚ ਜਿਹੜੀ ਸੀ ਉਹ ਅੱਗੇ ਵਧਾਈ ਸੀ ਅਤੇ ਅੱਗੇ ਵਧਾਉਂਦਿਆਂ ਗੱਜਣ ਬਾਜਰਾ ਨੂੰ ਫਿਰ ਗ੍ਰਿਫਤਾਰ ਕਰ ਲਿਆ ਸੀ ਈਡੀ ਜਾਂਚ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਪਰਾਧਿਕ ਸਾਜ਼ਿਸ਼ ਅਤੇ ਧੋਖਾ ਧੜੀ ਦੇ ذریعے ਤਾਰਾ ਕਾਰਪੋਰੇਸ਼ਨ ਲਿਮਟਿਡ ਦੁਆਰਾ 40 ਕਰੋੜ ਤੇ 92 ਲੱਖ ਰੁਪਏ ਦਾ ਕਰਜ਼ਾ ਤੇ ਉਸ ਕਰਜ਼ੇ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟ ਤੋਂ ਵੱਖ-ਵੱਖ ਸ਼ੈੱਲ ਫਰਮਾਂ ਨੂੰ ਮੋੜ ਦਿੱਤਾ ਗਿਆ। ਫਿਰ ਇਹਨੂੰ ਤਾਰਾ ਹੈਲਥ ਫੂਡ ਲਿਮਟਿਡ ਅਤੇ ਤਾਰਾ ਸੇਲਜ਼ ਲਿਮਟਿਡ ਨਾਲ ਜੋੜਿਆ ਗਿਆ। ਇਹਦੇ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਜਸਵੰਤ ਸਿੰਘ ਗੱਜਣਵਾਜਰਾ ਦੇ ਆਪਣੇ ਖਾਤਿਆਂ ਦੇ ਵਿੱਚ ਵੀ 3 ਕਰੋੜ ਤੇ 12 ਲੱਖ ਰੁਪਏ ਦੀ ਰਕਮ ਤੋਂ ਇਲਾਵਾ 33 ਕਰੋੜ ਤੇ 99 ਲੱਖ ਰੁਪਏ THFL ਨੂੰ ਭੇਜੇ ਗਏ। ਇੱਥੇ ਇਹ ਗੱਲ ਹੋਰ ਦੱਸਣ ਵਾਲੀ ਬਣਦੀ ਹੈ। ਕਿ ਅਸਲ ਦੇ ਵਿੱਚ ਇਹ ਜਿਹੜੀ ਧੋਖਾ ਧੜੀ ਦਾ ਮਸਲਾ ਹੈ ਇਹਦੇ ਪਿਛਲੇ ਕਾਰਨ ਇਹ ਨੇ ਕਿ ਇਹਨਾਂ ਨੇ ਲੋਨ ਕਿਸੇ ਕੰਮ ਵਾਸਤੇ ਲਿਆ ਅਤੇ ਪੈਸੇ ਹੋਰ ਕਿਸੇ ਕੰਮ ਵਾਸਤੇ ਖਰਚੇ ਗਏ ਇਹਨੂੰ ਬੈਂਕ ਧੋਖਾ ਧੜੀ ਦਾ ਮਾਮਲਾ ਦਰਜ ਕਰਕੇ ਕਈ ਮਹੀਨੇ ਪਹਿਲਾਂ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹਨਾਂ ਉਹਨਾਂ ਦੀਆਂ ਮੁਸ਼ਕਲਾਂ 'ਚ ਵਾਦਾ ਹੈ ਤੇ ਹੁਣ ਗੱਲ ਕਰਦਿਆਂ ਕੱਲ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਜ਼ਿਲ੍ਹਾ ਮਾਨਸਾ ਦੇ ਕਸਬਾ ਬੋਹਾ 'ਚ 19 ਵਰਿਆਂ ਦੀ ਲੜਕੀ ਗੁਰਪ੍ਰੀਤ ਕੌਰ ਅਤੇ 45 ਵਰ੍ਹਾਂ ਦੇ ਵਿਅਕਤੀ ਗੁਰਪ੍ਰੀਤ ਸਿੰਘ ਦੋਵਾਂ ਦਾ ਕਤਲ ਕੀਤਾ ਗਿਆ ਸੀ ਦੋਵਾਂ ਦੇ ਆਪਸ ਦੇ ਵਿੱਚ ਨਰਜਾਇਜ਼ ਸਬੰਧ ਦੱਸੇ ਗਏ ਸੀ ਅਤੇ ਦੋਵਾਂ ਦੇ ਪਰਿਵਾਰਾਂ ਨੇ ਮਿਲ ਕੇ ਇਹ ਦੋਹਰਾ ਕਤਲ ਕੀਤਾ ਸੀ ਤੇ ਇਸ ਕਤਲकांड ਦੇ ਵਿੱਚ ਪੁਲਿਸ ਵੱਲੋਂ ਹੁਣ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਸ ਵਾਰਦਾਤ ਦੇ ਵਿੱਚ ਵਰਤੀ ਗਈ ਐਕਸ ਯੂ ਵੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਹਾਲੇ ਵੀ ਦੱਸਿਆ ਗਿਆ ਕਿ ਚਾਰ ਵਿਅਕਤੀਆਂ ਦੀ ਤਲਾਸ਼ ਹੈ ਤੇ ਉਹ ਗ੍ਰਿਫਤ ਤੋਂ ਦੂਰ ਨੇ ਤੇ ਉਹਨਾਂ ਨੂੰ ਫੜਨ ਵਾਸਤੇ ਵੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ 19 ਵਰਿਆਂ ਦੀ ਗੁਰਪ੍ਰੀਤ ਕੌਰ ਅਤੇ 45 ਵਰਿਆਂ ਦੇ ਗੁਰਪ੍ਰੀਤ ਸਿੰਘ ਇਹਨਾਂ ਦੇ ਨਜਾਇਜ਼ ਸੰਬੰਧ ਸੀ ਜਿਸ ਕਰਕੇ ਜਦੋਂ ਪਰਿਵਾਰ ਦੇ ਵਿੱਚ ਝਗੜਾ ਕਲੇਸ਼ ਵਧਣ ਲੱਗਿਆ ਤਾਂ ਇਹ ਆਪਣੇ ਕਸਬੇ ਤੋਂ ਫਰਾਰ ਹੋ ਕੇ ਤਲਵੰਡੀ ਚ ਰਹਿਣ ਲੱਗ ਪਏ ਸੀ। ਦੋਵੇਂ ਪਰਿਵਾਰਾਂ ਨੇ ਆਪਣੀ ਬੇਇੱਜ਼ਤੀ ਸਮਝਦੇ ਹੋਏ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਪੁੱਤਰ ਅਨਮੋਲ ਜੋਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਝਾਂਸੀ ਵਿੱਚ ਲੈ ਕੇ ਆਪਣੇ ਖੇਤਾਂ 'ਚ ਮੋਟਰ ਤੇ ਬੁਲਾ ਲਿਆ ਅਤੇ ਦੋਵਾਂ ਦਾ ਉੱਥੇ ਤੇਜ਼ ਧਾਰ ਹਥਿਆਰਾਂ ਦੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਿਰ Laਸ਼ਾਂ ਨੂੰ ਖੁਰਦਬੁਰਦ ਕਰਨ ਲਈ ਦੋਵਾਂ ਦੀਆਂ Laਸ਼ਾਂ ਭਾਗੜਾ ਨਹਿਰ ਵਿੱਚ ਸੁੱਟ ਦਿੱਤੀਆਂ ਗਈਆਂ। ਪੁਲਿਸ ਨੇ ਥੋੜੇ ਸਮੇਂ ਦੇ ਵਿੱਚ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਗੁਰਪ੍ਰੀਤ ਕੌਰ ਦੀ Laਸ਼ ਤਾਂ ਬਰਾਮਦ ਕਰ ਲਈ ਸੀ। ਪਰ ਹਾਲੇ ਤੱਕ ਗੁਰਪ੍ਰੀਤ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਸੁਖਪਾਲ ਸਿੰਘ, ਅਨਮੋਲ ਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਗ੍ਰਿਫਤਾਰ ਕਰ ਲਏ ਗਏ ਐ। ਜਦੋਂ ਕਿ ਸਹਿਜਪ੍ਰੀਤ ਸਿੰਘ ਸਮੀਤ ਚੰਨਦੀਪ ਸਿੰਘ ਜਿਹੜਾ ਕਿ ਚੱਕ ਅਲੀਸ਼ੇਰ ਦਾ ਰਹਿਣ ਵਾਲਾ ਹੈ, ਮਨਪ੍ਰੀਤ ਸਿੰਘ ਰੱਤਾਥੇ ਫਤਿਆਬਾਦ ਹਰਿਆਣਾ ਦਾ ਰਹਿਣ ਵਾਲਾ ਹੈ, ਗੁਰਵਿੰਦਰ ਸਿੰਘ ਰਾਮਾਨੰਦੀ ਇਹਨਾਂ ਦੀ ਹਾਲੇ ਗ੍ਰਿਫਤਾਰੀ ਕੀਤੀ ਜਾਣੀ ਬਾਕੀ ਐ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਤੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜ਼ਿਲ੍ਹਾ ਸੰਗਰੂਰ ਤੇ ਦੜਬਾ ਮੰਡੀ ਦੇ ਨੇੜਲਾ ਪਿੰਡ ਹੈ ਗੁਜਰਾ ਗੁਜਰਾ ਪਿੰਡ ਦੇ ਵਿੱਚ ਉਸ ਵਕਤ 4 ਵਿਅਕਤੀ ਦੀ ਮੌਤ ਹੋਈ ਸੀ ਤੇ ਹੁਣ ਮੌਤਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ ਅਤੇ ਇਹਨਾਂ ਪੰਜਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਮਰਨ ਵਾਲਿਆਂ ਦੀ ਪਛਾਣ ਲਾਡੀ ਸਿੰਘ ਸਿਰਫ 21 ਸਾਲ ਭੋਲਾ ਸਿੰਘ 50 ਸਾਲ ਨਿਰਮਲ ਸਿੰਘ ਅਤੇ ਪਰਗਟ ਸਿੰਘ ਇਹ ਦੋਵੇਂ ਸਕੇ ਭਰਾ ਦੱਸੇ ਜਾ ਰਿਹਾ ਤੇ ਉਮਰ 42-42 ਵਰਿਆ ਭਾਵ ਜੋੜੇ ਭਰਾ ਨੇ ਤੇ ਜਗਜੀਤ ਸਿੰਘ ਉਮਰ ਲਗਭਗ 30 ਸਾਲ ਦੱਸੀ ਗਈ ਹੈ ਹਾਲੇ ਪੰਜ ਵਿਅਕਤੀ ਹੋਰ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਹ ਸਾਰੇ ਦੇ ਸਾਰੇ ਪਰਿਵਾਰ ਗਰੀਬ ਦਿਹਾੜੀਦਾਰ ਪਰਿਵਾਰ ਦੱਸੇ ਜਾ ਰਹੇ ਨੇ ਤੇ ਪੰਜਾਂ ਦੀਆਂ ਮੌਤਾਂ ਦੇ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ ਦੜਬਾ ਪੁਲਿਸ ਦੇ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪੰਜ ਵਿਅਕਤੀ ਜਿਹੜੇ ਹਸਪਤਾਲ ਵਿੱਚ ਭਰਤੀ ਨੇ ਉਨ੍ਹਾਂ ਵਿੱਚੋਂ ਵੀ ਦੋ ਦੀ ਹਾਲਤ ਬਹੁਤ ਗੰਭੀਰ ਆ ਪਾワー ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਪਰਿਵਾਰ ਦਾ ਕਹਿਣਾ ਕਿ ਉਹ ਸਵੇਰ ਤੋਂ ਹੀ ਖੂਨ ਦੀਆਂ ਉਲਟੀਆਂ ਕਰ ਰਹੇ ਸੀ ਅਤੇ ਉਹਨਾਂ ਨੂੰ ਅੱਖਾਂ ਤੋਂ ਦੇਖਣਾ ਵੀ ਬੰਦ ਹੋ ਗਿਆ ਸੀ ਮ੍ਰਿਤਕ ਵਿਅਕਤੀਆਂ ਚ ਨਰਮਲ ਸਿੰਘ ਅਤੇ ਪ੍ਰਗਟ ਸਿੰਘ ਦੋਵੇਂ ਜੋੜੇ ਭਰਾ ਨੇ ਜਾਣਕਾਰੀ ਦੇ ਅਨੁਸਾਰ ਉਹ ਦੋਵੇਂ ਜਣੇ ਦਿਹਾੜੀ ਕਰਕੇ ਆਏ ਸੀ ਤੇ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਜਿਹੜੇ ਇਸ ਵਕਤ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਨੇ ਡਾਕਟਰ ਰਾਹੁਲ ਨੇ ਦੱਸਿਆ ਕਿ ਸਾਡੇ ਕੋਲ ਸਵਾ 11 ਦੇ ਕਰੀਬ ਗੁਜਰਾ ਤੋਂ ਤਿੰਨ ਮਰੀਜ਼ ਆਏ ਉਹਨਾਂ ਵਿੱਚ ਮੀਥਨੋਲ ਦੀ ਜ਼ਹਿਰ ਦੇ ਲੱਛਣ ਸੀ ਤਿੰਨਾਂ ਦੀ ਜਾਂਚ ਅੱਖਾਂ ਦੇ ਸਰਜਨ ਅਤੇ ਮਨੋਰੋਗ ਮੋਹਰ ਨੇ ਕੀਤੀ ਤਿੰਨਾਂ ਵਿੱਚੋਂ ਲਾਡੀ ਨਾਮ ਦੇ ਮਰੀਜ਼ ਬਾਰੇ ਆਈ ਸਰਜਨ ਨੂੰ ਲੱਗਦਾ ਹੈ ਕਿ ਉਹਦੀਆਂ ਅੱਖਾਂ ਦੇ ਉੱਤੇ ਅਸਰ ਇਸ ਜ਼ਹਿਰ ਦਾ ਹੋ ਚੁੱਕਿਆ ਹੈ ਸਰਜਨ ਡਾਕਟਰ ਸਵੀਨਾ ਗਰਗਰੇ ਨੇ ਦੱਸਿਆ ਕਿ ਲਾਡੀ ਤੋਂ ਇਲਾਵਾ ਬਾਕੀ ਦੋ ਮਰੀਜ਼ ਉਹ ਫਿਲਹਾਲ ਠੀਕ ਨੇ ਹਾਲਾਂਕਿ ਉਹਨਾਂ ਨੂੰ ਵੀ ਕਦੇ ਹਾਲੇ ਨਿਗਰਾਨੀ ਅਧੀਨ ਰੱਖਣਾ ਪਵੇਗਾ ਕਿਉਂਕਿ ਇਸ ਜ਼ਹਿਰ ਦਾ ਅਸਰ ਕਈ ਵਾਰ ਦੇਰੀ ਨਾਲ ਹੁੰਦਾ ਹੈ ਤੇ ਦੂਸਰੇ ਪਾਸੇ ਪਿੰਡ ਗੁਜਰਾ ਦੇ ਵਿੱਚ ਇਹ ਪੰਜ ਵਿਅਕਤੀਆਂ ਦੀ ਜਿਹੜੀ ਮੌਤ ਹੈ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਉਹ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਰੀ ਕਦਮ ਚੁੱਕ ਲਏ ਹੈ ਅਤੇ ਇੱਕ ਹਾਈ ਪਾਵਰ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਜੋ ਇਹਨਾਂ ਮੌਤਾਂ ਦੀ ਕਾਰਨ ਅਤੇ ਵੱਖ-ਵੱਖ ਪਹਿਲੂਆਂ ਨੂੰ ਤੱਥਾਂ ਨੂੰ ਵਿਚਾਰੂਗੀ ਤੇ ਤੱਥਾਂ ਦੇ ਆਧਾਰ ਤੇ ਪੜਤਾਲ ਕਰਕੇ ਅਗਲੇ 72 ਘੰਟਿਆਂ ਦੇ ਵਿੱਚ ਵਿੱਚ ਆਪਣੀ ਰਿਪੋਰਟ ਸੌਂਪੇਗੀ ਇਹ ਜਾਣਕਾਰੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦਿੱਤੀ ਹੈ ਐਸਐਸਪੀ ਸਰਤਾਜ ਸਿੰਘ ਚਾਹਲ ਵੀ ਉਸ ਪ੍ਰਬੰਧਕੀ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਸ ਵਕਤ ਦਿੱਤੀ ਗਈ ਉਹਨਾਂ ਦੱਸਿਆ ਕਿ ਇਸ ਹਾਈ ਪਾਵਰ ਜਾਂਚ ਕਮੇਟੀ ਦਾ ਚੇਅਰਮੈਨ ਐਸਡੀਐਮ ਢੜਵਾ ਨੂੰ ਲਾਇਆ ਗਿਆ ਜਦੋਂ ਕਿ ਡੀਐਸਪੀ ਢੜਵਾ ਸੀਨੀਅਰ ਮੈਡੀਕਲ ਆਫਸਰ ਢੜਵਾ ਅਤੇ ਈਟੀਓ ਦੜਬਾ ਆਪਕਾਰੀ ਨੂੰ ਇਹਦੇ ਮੈਂਬਰ ਬਣਾਇਆ ਗਿਆ ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਸਿਹਤ ਵਿਭਾਗ ਐਕਸਾਈਜ਼ ਵਿਭਾਗ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੇ ਆਧਾਰਿਤ ਇਸ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਦੁਖਾਤਕ ਘਟਨਾ ਵਾਸਤੇ ਜ਼ਿੰਮੇਵਾਰ ਪਾਏ ਜਾਣ ਵਾਲੇ ਜਿਹੜੇ ਵੀ ਵਿਅਕਤੀ ਹੋਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਕਿਸੇ ਨੂੰ ਵੀ ਛੱਡਿਆ ਜਾਂ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਕੱਲ ਦੀ ਇੱਕ ਆ ਖਬਰ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਿੱਧੂ ਮੂਸੇਵਾਲੇ ਦੀ ਮਾਂ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉੱਠ ਰਹੇ ਸਵਾਲ ਹਾਲਾਂਕਿ ਭਾਰਤ ਦਾ ਕਾਨੂੰਨ ਕੀ ਕਹਿੰਦਾ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਉਹਦੇ ਉੱਤੇ ਆਪਾਂ ਗੱਲਬਾਤ ਕੀਤੀ ਸੀ ਕਿਉਂਕਿ ਸਿਆਸੀ ਆਗੂਆਂ ਦੇ ਬਿਆਨ ਕਿਸੇ ਹੋਰ ਤਰੀਕੇ ਨੂੰ ਸਿਹਧਤ ਹੁੰਦੇ ਨੇ ਮਜੀਠੀਆ ਸਾਹਿਬ ਕੁਝ ਕਹਿੰਦੇ ਨੇ ਰਾਜਾ ਵੜਿੰਗ ਸਾਹਿਬ ਕੁਝ ਕਹਿੰਦੇ ਨੇ ਪਰ ਅਸਲੀਅਤ ਕੀ ਹੈ ਆਈਵੀਐਫ ਤਕਨੀਕ ਦੇ ਰਾਹੀਂ ਸਿੱਧੂ ਮੂਸੇਵਾਲੇ ਦੀ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਭਾਵ ਉਹ ਕੁਦਰਤੀ ਤਰੀਕੇ ਨਾਲ ਉਹਨਾਂ ਨੇ ਗਰਭ ਧਾਰਨ ਨਹੀਂ ਸੀ ਕੀਤਾ ਹੁਣ ਉਹਨਾਂ ਦੇ ਨਵ ਜੰਮੇ ਪੁੱਤਰ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਅਤੇ ਚਿੱਠੀ ਦੇ ਰਾਹੀਂ ਸਵਾਲ ਪੁੱਛੇ ਗਏ ਐ ਤੇ ਉਹਦਾ ਜਵਾਬ ਦਿੱਤਾ ਬਠਿੰਡਾ ਦੇ ਜਿੰਦਰ ਹਰਟ ਇੰਸਟੀਚਿਊਟ ਐਂਡ ਆਈ ਵੀ ਐਫ ਸੈਂਟਰ ਉਹਨਾਂ ਵੱਲੋਂ ਇਹ ਬਿਆਨ ਜਿਹੜਾ ਆਇਆ ਉਹਦੇ ਡਾਇਰੈਕਟਰ ਨੇ ਰਾਜੇਸ਼ ਜਿੰਦਲ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿ ਚਰਨ ਕੌਰ ਨੇ ਆਈ ਵੀ ਐਫ ਕਿੱਥੋਂ ਕਰਵਾਇਆ ਕਿਉਂਕਿ ਜੇ ਉਥੋਂ ਕਰਵਾਇਆ ਹੋਵੇ ਫਿਰ ਉਹ ਵੀ ਕਾਨੂੰਨੀ ਘੇਰੇ ਚ ਆਉਂਦੇ ਨੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਾਡੇ ਕੋਲ ਤਾਂ ਉਹ ਉਸ ਵਕਤ ਆਏ ਜਦੋਂ ਉਹ ਗਰਭਤੀ ਹੋ ਚੁੱਕੇ ਸੀ ਫਿਰ ਉਹਨਾਂ ਦਾ ਧਿਆਨ ਰੱਖਣਾ ਤਾਂ ਸਾਡੀ ਜ਼ਿੰਮੇਵਾਰੀ ਸੀ ਭਾਵੇਂ ਉਹ 50 ਸਾਲਾਂ ਤੋਂ ਵੱਧ ਹੋ ਚੁੱਕੇ ਸੀ ਇਹ ਸਾਡਾ ਫਰਜ਼ ਸੀ ਤੇ ਅਸੀਂ ਆਪਣਾ ਫਰਜ਼ ਨਿਭਾਇਆ ਦਰਅਸਲ ਇੱਥੇ ਇਹ ਜਾਣਕਾਰੀ ਦੇੜੀ ਬਣਦੀ ਆ ਕਿ ਕੇਂਦਰ ਸਰਕਾਰ ਨੇ ਉਹਨਾਂ ਦਾ ਪਰਿਵਾਰ ਭਲਾਈ ਵਿਭਾਗ ਆ ਜਿਹੜਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਂ ਚਰਨ ਕੌਰ ਨੇ ਆਈਵੀਐਫ ਇਲਾਜ ਦੇ ਰਾਹੀਂ ਇਸ ਤਕਨੀਕ ਦੇ ਰਾਹੀਂ 58 ਵਰਿਆਂ ਦੀ ਉਮਰ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਜਦਕਿ ਭਾਰਤੀ ਕਾਨੂੰਨ ਦੇ ਮੁਤਾਬਕ ਆਈਵੀਐਫ ਕਰਵਾਉਣ ਦੀ ਉਮਰ ਇੱਕ ਔਰਤ ਦੀ 21 ਸਾਲਾਂ ਤੋਂ 50 ਵਰਿਆਂ ਦੇ ਦਰਮਿਆਨ ਹੋਣੀ ਚਾਹੀਦੀ ਹੈ ਤੇ ਆਦਮੀ ਦੀ ਉਮਰ 21 ਸਾਲਾਂ ਤੋਂ ਲੈ ਕੇ 55 ਸਾਲਾਂ ਦੇ ਦਰਮਿਆਨ ਹੋਣੀ ਚਾਹੀਦੀ ਹੈ ਇਹ ਤੋਂ ਵੱਧ ਉਮਰ ਦੇ ਲੋਕ ਜੇਕਰ ਇਸ ਤਕਨੀਕ ਦਾ ਸਹਾਰਾ ਲੈਂਦੇ ਹੈ ਤਾਓ ਕਾਨੂੰਨੀ ਜੁਰਮ ਹੈ 2022 ਦੇ ਵਿੱਚ ਪਾਸ ਹੋਏ ਇਸ ਕਾਨੂੰਨ ਦੇ ਤਹਿਤ ਸਖਤ ਸਜ਼ਾ ਹੋ ਸਕਦੀ ਹੈ ਪਰ ਜੇਕਰ ਕੋਈ ਔਰਤ ਵਿਦੇਸ਼ ਦੇ ਵਿੱਚ ਗਰਭਤੀ ਹੁੰਦੀ ਹੈ ਤਾਂ ਉਹਦਾ ਜਣੇਪਾ ਭਾਰਤ ਵਿੱਚ ਜ਼ਰੂਰ ਹੋ ਸਕਦਾ ਲੱਗਦਾ ਹੈ ਕਿ ਇਸ ਪਰਿਵਾਰ ਨੇ ਵੀ ਇਹੀ ਫਾਰਮੂਲਾ ਵਰਤੇ ਹੈ ਕਿ ਸਿੱਧੂ ਮੂਸੇਵਾਲ ਦੀ ਮਾਂ ਚਰਨ ਕੌਰ ਨੇ ਇਹ ਤਕਨੀਕ ਵਿਦੇਸ਼ ਵਿੱਚ ਅਪਣਾਈ ਤੇ ਫਿਰ ਤਾਂ ਕਿ ਉਹਨਾਂ ਨੂੰ ਕੋਈ ਕਾਨੂੰਨੀ ਪਰੇਸ਼ਾਨੀ ਨਾ ਆਵੇ ਪਰ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਗਾਏ ਸਨ ਕਿ ਮੈਨੂੰ ਉਹ ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਹਾਲਾਂਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਆਈ ਹੈ ਭਾਰਤ ਦੇ ਵਿੱਚ ਦੱਸਣਾ ਬਣਦਾ ਕਿ 50 ਸਾਲ ਤੋਂ ਵੱਧ ਉਮਰ ਦੀ ਕੋਈ ਵੀ ਔਰਤ ਆਈ ਵੀ ਐਫ ਰਾਹੀਂ ਬੱਚਾ ਪੈਦਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਆਗਿਆ ਲੈਣੀ ਪਵੇਗੀ ਜੇਕਰ ਉਹ ਆਗਿਆ ਨਹੀਂ ਲੈਂਦੀ ਤਾਂ ਉਸ ਨੂੰ 5 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਦੂਸਰੀ ਵਾਰ ਫਿਰ ਇਸੇ ਤਕਨੀਕ ਦਾ ਉਹ ਸਹਾਰਾ ਲੈਂਦੇ ਆ ਪਰ ਚੋਰੀਓਂ ਸਹਾਰਾ ਲੈਂਦੇ ਆ ਤਾਂ ਉਹਨਾਂ ਨੂੰ 10 ਲੱਖ ਤੋਂ ਲੈ ਕੇ 20 ਲੱਖ ਰੁਪਏ ਦਾ ਜੁਰਮਾਨਾ ਅਤੇ 8 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਹੁਣ ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਵੀ رائے ਦਿੱਤੀ ਹੈ ਉਹ ਕਹਿੰਦੇ ਨਾ ਕੋਈ ਕੇਂਦਰ ਦੀ ਸਰਕਾਰ ਤੇ ਨਾ ਕਿਸੇ ਸੂਬੇ ਦੀ ਸਰਕਾਰ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਪਰਿਵਾਰ ਜਾਂ ਮੂਸੇਵਾਲ ਦੇ ਪਰਿਵਾਰ ਤੋਂ ਆਈਵੀਐਫ ਦੀ ਰਿਪੋਰਟ ਦੀ ਮੰਗ ਕਰੇ ਕੇਂਦਰ ਸਰਕਾਰ ਨੇ ਉਹ ਕਹਿੰਦੇ ਕਾਨੂੰਨ ਬਣਾਇਆ 2021 ਚ ਉਹ ਕਾਨੂੰਨ ਆ ਜਿਹੜਾ ਉਹ ਪਰਿਵਾਰ ਲਈ ਨਹੀਂ ਸਗੋਂ ਕਲੀਨਿਕਾਂ ਦੇ ਵਾਸਤੇ ਬਣਿਆ ਸੀ ਤਾਂ ਕਿ ਉਹ ਇਸ ਆਈਵੀਐਫ ਦੀ ਤਕਨੀਕ ਨੂੰ 50 ਸਾਲ ਤੋਂ ਵਡੇਰੀ ਅਤੇ 55 ਸਾਲ ਤੋਂ ਵਡੇਰੇ ਅਤੇ 21 ਸਾਲ ਤੋਂ ਛੋਟੀ ਉਮਰ ਦੀਆਂ ਔਰਤਾਂ ਵਾਸਤੇ ਇਸ ਵਿਧੀ ਦੀ ਵਰਤੋਂ ਨਾ ਕਰ ਸਕਣ ਹੁਣ ਗੱਲ ਕਰਦੇ ਹਾਂ ਹੋਲੇ ਮਹੱਲੇ ਦੀ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਆਪਾਂ ਲੰਬੀ ਚੌੜੀ ਇਸ ਮਸਲੇ ਤੇ ਵੀ ਗੱਲਬਾਤ ਕੀਤੀ ਸੀ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅੱਜ ਹੋਲਾ ਮਹੱਲਾ ਜੋਸ਼ੋ ਖੁروش ਦੇ ਨਾਲ ਸ਼ੁਰੂ ਹੋ ਚੁੱਕਿਆ ਹਰ ਸਾਲ ਦੀ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਉੱਥੇ ਹੈ ਇਹ ਖਬਰਾਂ ਮਿਲ ਰਹੀਆਂ ਨੇ ਹਾਲੇ ਤੇ ਪਿਛਲੇ ਸਾਲ ਦੀਆਂ ਖਬਰਾਂ ਵੀ ਨਹੀਂ ਭੁੱਲੀਆਂ ਕਿ ਇੱਕ ਹੁੱਲੜਬਾਈ ਦੀ ਭੇਂਟ ਚੜ ਗਿਆ ਸੀ ਕੈਨੇਡਾ ਤੋਂ ਪਰਤਿਆ ਇੱਕ ਗੱਬਰੂ 24 ਵਰੇ ਉਸਦੀ ਉਮਰ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਗਾਜੀ ਕੋਟ ਨਾਲ ਸੰਬੰਧਤ ਸੀ ਪ੍ਰਿੰਸ ਹੋਲਾ ਮਹੱਲੇ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਵੀ ਅਪੀਲ ਕੀਤੀ ਸੀ ਕਿ ਉੱਥੇ ਗੰਦਗੀ ਨਾ ਫਲਾਈ ਜਾਵੇ ਹੁੱਲੜਬਾਜ਼ੀ ਨਾ ਕੀਤੀ ਜਾਵੇ ਸਟੰਟ ਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਸਿੱਖਾਂ ਦਾ ਅਕਸ ਖਰਾਬ ਹੁੰਦਾ ਹੈ ਇਹਦੇ باوجود ਵੀ ਇੱਕ ਹੋਰ ਮੰਦਭਾਗੀ ਖਬਰ ਦੀ ਜਾਣਕਾਰੀ ਮਿਲੀ ਹੈ ਕਿ ਹੋਲਾ ਮਹੱਲਾ ਦੇਖਣ ਵਾਸਤੇ ਆ ਰਹੇ ਸੀ ਉਹ ਨੌਜਵਾਨਾਂ ਦਾ ਟਰੈਕਟਰ ਪਲਟਿਆ ਜਿਸ ਕਾਰਨ ਇੱਕ ਦੀ ਮੌਤ ਅਤੇ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸੀ ਟਰੈਕਟਰ ਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਆ ਰਹੇ ਸੀ ਇਸੇ ਦੌਰਾਨ ਜਦੋਂ ਇਹ ਨੌਜਵਾਨ ਹਿਮਾਚਲ ਦੇ ਪਿੰਡ ਵੈਰਸ਼ਾ ਕੋਲ ਪਹੁੰਚਦੇ ਆ ਤਾਂ ਅਚਾਨਕ ਟਰੱਕਟ ਦਾ ਸੰਤੁਲਨ ਵਿਗੜਨ ਦੇ ਕਾਰਨ ਟਰੈਕਟਰ ਪਲਟ ਜਾਂਦਾ ਇੱਕ ਨੌਜਵਾਨ ਟਰੈਕਟਰ ਦੇ ਹੇਠਾਂ ਆ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਦੂਸਰਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਬਿਲਾਸਪੁਰ ਸਥਿਤ ਐਮਜ਼ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਸੀ ਟੀਵੀਐਨ ਦੇ ਵੱਲੋਂ ਵੀ ਤੁਹਾਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸੰਜਮ ਅਤੇ ਜਾਬਤ ਦੇ ਵਿੱਚ ਰਹਿ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਤੇ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲੇ ਮਹੱਲੇ ਦਾ ਆਨੰਦ ਮਾਣਿਆ ਜਾਵੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ